ਅਸਲਾਮ ਵਾਲੇਕਮ ਸਿਆਸੀ ਦੇਰਾਂ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਬੜੀਆ ਖਬਰਾਂ ਇੱਕ ਵਾਰੀ ਫੇਰ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਲਾਹੌਰ ਦੇ ਵਿੱਚ ਜਾਨਵਰਾਂ ਦਾ ਜਲਸਾ ਜਿਹੜਾ ਉਹ ਜਾਰੀ ਹੈ ਤਕਰੀਬਨ 1500 2000 ਜਾਨਵਰ ਜਿਹੜਾ ਉਹ ਇਕੱਠਾ ਕੀਤਾ ਗਿਆ ਔਰ ਰਿਪੋਰਟ ਦੇ ਮੁਤਾਬਕ ਸਾਰੇ ਦੇ ਸਾਰੇ ਅਫਗਾਨੀ ਨੇ ਔਰ ਯਾ ਪਠਾਨ ਨੇ ਜਿਹੜੇ ਲਾਹੌਰ ਦੇ ਵਿੱਚ ਆ ਤੰਦੂਰਾਂ ਤੇ ਨਾਨ ਸ਼ਾਨ ਲਾਉਂਦੇ ਨੇ ਛਾਪਰ ਚੁੱਕਦੇ ਨੇ ਕਚਰਾ ਚੁੱਕਦੇ ਨੇ ਜਾਂ ਸੜਕਾਂ ਤੇ ਰਾਤ ਨੂੰ ਜੈਲੀ ਐਣਕਾਂ ਵਗੈਰਾ ਵੇਚਦੇ ਨੇ ਇਹ 1500 2000 ਪਠਾਨ ਜਿਹੜਾ ਉਸ ਮੋਵੇਸ਼ੀ ਮੰਡੀ ਦੇ ਵਿੱਚ ਮੌਜੂਦ ਹੈ ਔਰ ਮਜ਼ੇ ਦੀ ਗੱਲ ਇਹ ਵੀ ਕਿ ਕੋਈ ਮਾਈ ਜਿਹੜੀ ਹੈ ਉਹ ਨਹੀਂ ਪਹੁੰਚੀ ਉੱਥੇ ਹਾਲਾਂਕਿ ਖੁਰਲੀਆਂ ਜਿਹੜੀਆਂ ਨੇ ਉਹ ਵੀ ਬਣੀਆਂ ਸੀ ਔਰ ਸਾਰਾ ਸਾਫਤਾ ਵੀ ਹੈ ਸੀ ਠੋਕ ਠਾਕਾਈ ਕਰਨ ਵਾਸਤੇ ਅਰ ਮੈਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਅਪੀਲ ਕੀਤੀ ਸੀ ਕੱਲ ਐ ਐ ਯੁਥੀਆਂ ਦੇ ਆ ਵਾਲਦਾਂ ਅੱਗੇ ਕਿ ਆਪਣੀਆਂ ਇੱਜ਼ਤਾਂ ਜਿਹੜੀਆਂ ਨੇ ਉਹ ਮਹਫੂਜ਼ ਰੱਖੋ ਔਰ ਆਪਣੀਆਂ ਕੁੜੀਆਂ ਜਿਹੜੀਆਂ ਨੇ ਇਹ ਤੁਸੀਂ ਜਾਨਵਰਾਂ ਦੇ ਜਲਸੇ ਦੇ ਵਿੱਚ ਨਹੀਂ ਕਲਣੀਆਂ ਤੇ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਦੇ ਕਰਨੇ ਕਰਨੀ ਗੱਲ ਜਿਹੜੀ ਉਹ ਪਈ ਹੈ ਤੇ ਉਹਨਾਂ ਨੇ ਆਪਣੀਆਂ ਇੱਜ਼ਤਾਂ ਜਿਹੜੀਆਂ ਨੇ ਉਹ ਬਚਾ ਲਈਆਂ ਨੇ ਐ 1500 2000 ਦੇ ਕਰੀਬ ਅਫਗਾਨੀ ਔਰ ਪਠਾਨ ਜਿਹੜੇ ਨੇ ਉਹ ਉੱਥੇ ਮੌਜੂਦ ਨੇ ਔਰ ਕੋਈ ਹਾਲ ਨਹੀਂ ਕੋਈ ਹਿਲਾ ਨਹੀਂ ਜਲਸਾ ਦਾ ਵਕਤ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਜਿਸ ਵਕਤ ਤੱਕ ਤੁਹਾਡੇ ਕੋਲ ਇਹ ਵੀਡੀਓ ਪਹੁੰਚੇਗੀ ਜਲਸੇ ਦਾ ਵਕਤ ਵਕਤ ਜਿਹੜਾ ਉਹ ਖਤਮ ਹੋ ਚੁੱਕਿਆ ਹੋਏਗਾ ਔਰ ਹੋ ਸਕਦਾ ਕੁਝ ਚੰਦ ਹੰਗਾਮੇ ਵੀ ਹੋਣ ਜਦੀ ਰਿਪੋਰਟ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਆਂਗੇ ਔਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਵੀ ਹੋਣਗੀਆਂ ਤੇ ਬਰਹਿਲ ਇਹ ਲਾਹੌਰ ਦੇ ਵਿੱਚ ਜਿਹੜਾ ਇਹ ਨਵਾਂ ਪਾਕਿਸਤਾਨ ਤੇ ਹਕੀਕੀ ਆਜ਼ਾਦੀ ਅ ਅਫਗਾਨੀਆਂ ਨੇ ਲੈਣੀ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਵੱਧ ਤੋਂ ਵੱਧ 1500 1600 ਉਹ ਵੀ ਅਫਗਾਨੀ ਕੋਈ ਵੀ ਪਾਕਿਸਤਾਨੀ ਜਿਹੜਾ ਉਹਨ ਇਸ ਜਲਸੇ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਹਾਂ 100 200 ਹੋਣਗੇ ਜਿਹੜੇ ਆ ਤੁਸੀਂ ਆ ਨਜ਼ਰ ਆਉਂਦੇ ਨੇ ਸਜੇ ਖੱਬੇ ਮੀਡੀਆ ਸ਼ੀਡੀਆਂ ਤੇ ਉਹਨਾਂ ਪਰ 100 200 ਹੋਏਗਾ ਬਾਕੀ 1500 1600 ਅਫਗਾਨੀ ਜਿਨ ਨੇ ਸ਼ਿਰਕਤ ਕੀਤੀ ਏ ਔਰ ਇਹ ਪਖਤੂਨ ਹਾਦੋ ਕੱਲ ਰਾਤ ਹੀ ਪਹੁੰਚ ਚੁਕੇ ਸੀ ਇਹ ਅੱਛਾ ਜੀ ਤੇ ਜਿਹੜਾ ਉਹ ਰੌਲਾ ਪੈ ਗਿਆ ਸੀ ਕਿ ਪਖਤੂਨ ਹਾਦੋ 2 ਲੱਖ ਬੰਦਾ ਆ ਰਿਹਾ ਤੇ ਸਾਊਥ ਪੰਜਾਬ ਤੋਂ 3 ਲੱਖ ਆ ਰਿਹਾ ਤੇ ਲਾਹੌਰ ਤੋਂ 15 ਲੱਖ ਨਿਕਲ ਰਿਹਾ ਹੈ ਤੇ ਪਤਾ ਨਹੀਂ ਜੀਟੀ ਰੋਡ ਤੋਂ 26 ਲੱਖ ਨਿਕਲ ਰਿਹਾ ਕੋਈ ਉਹ ਸਭ ਝੂਠ ਔਰ ਫਰਾਡ ਸੀ ਤਰ ਪਤਾ ਝੂਠੇ ਤੇ ਹਨ ਝੂਠੇ ਨਾ ਬੋਲਣਾ ਹੁੰਦਾ ਤੇ ਵੜੀਆ ਖਬਰਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਇਸ ਤੋਂ ਪਹਿਲੇ ਅੱਗੇ ਚੱਲੀਏ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਆਰਫ ﺍﻟवी ਦੀ ਨੰਗੀਆਂ ਵੀਡੀਓ ਇਹ ਕੀ ਮਾਮਲਾ ਹੈ ਇਹ ਤੋਂ ਦੱਸਣਾ ਬੜਾ ਅਜੀਬ ਮਾਮਲਾ ਇਹ ਆਰਫ ﺍﻟवी ਨੇ ਇਹਨੇ ਖੋਲਿਆ ਗੰਡਾਪੁਰ ਦੇ ਵਾਰੰਟ ਗ੍ਰਿਫਤਾਰੀ ਮੰਡੀ ਮਵੇਸ਼ੀਆਂ ਜਾਂ ਹੀਰਾ ਮੰਡੀ ਲੋਰ ਦੇ ਵਿੱਚੋਂ ਅਫਗਾਨੀ ਯੂਥੀ ਇਹ ਗ੍ਰਿਫਤਾਰ ਚਲੋ ਸਭ ਤੋਂ ਪਹਿਲੇ ਅਸੀਂ ਆਰਫ ਹਲਵੀ ਤੋਂ ਸ਼ੁਰੂ ਕਰਨੇ ਆ ਜਿਹੜੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਕੋਈ ਵੀ ਦੇਣ ਤੋਂ ਜਿਹੜਾ ਨਾ ਉਹ ਜ਼ਹਰੀ ਗੱਲ ਹੈ ਇਹ ਮਾਮਲਾ ਐਸੇ ਹਰ ਕੋਈ ਜਿਹੜਾ ਇਹ ਇਹ ਨੂੰ ਨਹੀਂ ਉਠਾ ਸਕਦਾ ਇਹ ਉਹ ਆਰਫ ਹਲਵੀ ਜਿਹੜਾ ਤੁਹਾਨੂੰ ਪਤਾ ਪਾਕਿਸਤਾਨ ਦੀ ਤਾਰੀਖ ਦਾ ਇੱਕ ਗੰਦਾ ਔਰ ਗਰੀਜ਼ ਕਿਰਦਾਰ ਰਿਹਾ ਹੈ ਸਦਰ ਦੇ ਅਹੁਦੇ ਦੇ ਉੱਤੇ ਫਾਇਜ਼ ਹੋਣ ਤੋਂ ਬਾਅਦ ਵੀ ਇਹ ਇਨਸਾਨ ਨਹੀਂ ਬਣ ਸਕਿਆ ਔਰ ਹਜੇ ਤੱਕ ਹੀ ਇਹ ਇਹ ਮਤਲਬ ਤੁਸੀਂ ਅਫਗਾਨੀਆਂ ਤੋਂ ਵੀ ਅਗਾ ਇਹਦਾ ਹਿਸਾਬਤਾਬ ਹੈ ਮਤਲਬ ਕਿ ਰਾਜ ਕੇ ਪਾਕਿਸਤਾਨ ਦਾ ਦੁਸ਼ਮਣ ਹੈ ਰਾਜ ਕੇ ਇਹ 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 ਧਰਤੀ ਦਾ ਦੁਸ਼ਮਣ ਹੈ ਔਰ ਕਰਪਟ ਹੈ ਇੰਤਹਾ ਦੇਰਜੇ ਦਾ ਇੱਕ ਰਪਟ ਹੈ ਇਹ ਡੇਢ ਫੁੱਟਿਆ ਆਰਫ ਹਲਵੀ ਇਹ ਹੁਣ 2 ਦਿਨ ਪਹਿਲੇ ਲਾਹੌਰ ਦੇ ਵਿੱਚ ਚੰਦ ਸਾਹਫੀਆਂ ਦੇ ਨਾਲ ਇਹ ਮੁਲਾਕਾਤ ਕੀਤੀ ਜਲਸੇ ਦੇ ਹਵਾਲੇ ਦੇ ਨਾਲ ਇਹ ਲਾਹੌਰ ਪਹੁੰਚਿਆ ਸੀ ਜਲਸੇ ਦੀ ਤਿਆਰੀ ਦੇ ਹਵਾਲੇ ਦੇ ਨਾਲ ਜਿਹਦੇ ਜਿਹਦੇ ਵਿੱਚ ਸਿਰਫ 1500 ਅਫਗਾਨੀ ਪਹੁੰਚੇ ਨੇ ਮੰਡੀ ਮਵੇਸ਼ੀਆਂ ਕਾਨਾਂ ਦੇ ਵਿੱਚ ਠੀਕ ਹੋ ਗਿਆ ਇਹ ਇਹ ਹੁਣ ਉੱਥੇ ਇਹ ਕੋਈ 12 14 ਜਿਹੜੇ ਉਸ ਪਾਸੇ ਦੇ ਸਾਹਫੀ ਨੇ ਉਹਨਾਂ ਨੂੰ ਬੁਲਾ ਕੇ ਤੇ ਨਾਸ਼ਤਾ ਨੂੰ ਉਸਤਾਦ ਸਾਰਾ ਹਫ਼ਤਾ ਵੀ ਇਹਨਾਂ ਜਿਹੜਾ ਨਾ ਉਹ ਕੀਤਾ ਉਹਨਾਂ ਨੂੰ ਮਤਲਬ ਕਿ ਗੱਪ ਸ਼ੱਪ ਜਿਵੇਂ ਹੁੰਦੀ ਹੈ ਉਹ ਲਈ ਉਹਦੇ ਵਿੱਚ ਆਰਫ ਹਲਵੀ ਜਿਹੜਾ ਉਹ ਉਹਨੇ ਨੰਗੀਆਂ ਵੀਡੀਓਜ਼ ਦਾ ਜ਼ਿਕਰ ਕੀਤਾ ਉਹ ਜਿਹੜੀ ਮਹਿਫਲ ਸਹਾਫੀਆਂ ਦੇ ਨਾਲ ਇਹਦੀ ਹੁੰਦੀ ਹੈ ਆਰਫ ਹਰਵੀ ਕੋਲੋਂ ਸਵਾਲ ਕੀਤਾ ਗਿਆ ਇੱਕ ਸਹਾਫੀ ਦੀ ਤਰਫੋਂ ਉਹ ਗਾਮਾ ਕਬਾੜੀਆ ਜਿਹੜਾ ਗੁਲਾਮ ਸਿੰਘ ਕਬਾੜੀਆ ਉਹਦੀ ਤਰਫੋਂ ਸਵਾਲ ਕੀਤਾ ਗਿਆ ਕਿ ਜਦੋਂ ਤੁਸੀਂ ਸਦਰ ਸੋ ਆਰਫ ﺍﻟवी ਸਾਹਿਬ ਉਦੋਂ ਤੁਹਾਡੇ ਬਾਜਵੇ ਔਰ ਫੈਜ਼ ਦੇ ਨਾਲ ਕੈਸੇ ਤਲਕਾਤ ਸੀ ਹੁਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਨਾਲ ਇਹ ਆਪ ਦੀ ਰਿਕਾਰਡ ਸੀ ਸਾਰੀਆਂ ਜ਼ਹਿਰੀ ਗੱਲੇ ਫਿਰ ਸਾਡੇ ਵੀ ਜ਼ਰਾਏ ਨੇ ਉਹ ਚੀਜ਼ਾਂ ਅੰਦਰੋਂ ਕੱਢ ਕੇ ਲੈ ਹੁੰਦੇ ਨੇ ਔਰ ਜਿੰਨੇ ਵੀ ਉੱਥੇ ਸਾਫੀ ਬੈਠੇ ਸੀ ਬੇਸ਼ੱਕ ਉਹ ਦੂਸਰੇ ਪਾਸੇ ਦੇ ਨੇ ਲੇਕਿਨ ਇਸਲਾਮ ਦੁਆ ਤਲਕ ਵਾਸਤਾ ਸਾਡੇ ਫੈਨ ਤੇ ਉਹ ਹੈ ਨਹੀਂ ਨਾ ਜੀ ਠੀਕ ਹੋ ਗਿਆ ਇਹ ਹੁਣ ਆਰਫ ਹਲਵੀ ਕੋਲੋਂ ਸਵਾਲ ਕੀਤਾ ਗਿਆ ਕਿ ਜਦੋਂ ਤੁਸੀਂ ਸਦਰ ਸੋ ਤੇ ਤੁਹਾਡੇ ਬਾਜਵੇ ਔਰ ਫੈਜ਼ ਨਾਲ ਕਿਸ ਤਰ੍ਹਾਂ ਦੇ ਤਲਕਾਤ ਸੀ ਹਲਵੀ ਨੇ ਕਿਹਾ ਮਤਲਬ ਕਿ ਹੱਸ ਕੇ ਕਿ ਮੇਰੇ ਨਾਲ ਤੇ ਕਦੀ ਉਹਨਾਂ ਨੇ ਸਲਾਮ ਦੁਆ ਲੈਣਾ ਵੀ ਗੁਜ਼ਾਰਾ ਨਾ ਕੀਤਾ ਕਿਉਂਕਿ ਉਹਨਾਂ ਦੇ ਇਹ ਵੀ ਹੱਸ ਕੇ ਗੱਲ ਕੀਤੀ ਕਿਉਂਕਿ ਉਹਨਾਂ ਦੇ ਕੋਲ ਗੰਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਮੌਜੂਦ ਸਨ ਔਰ ਮੈਨੂੰ ਵੀ ਡਰ ਸੀ ਕਿ ਕਿਦਰੇ ਮੇਰੀ ਗੰਦੀ ਵੀਡੀਓ ਵੀ ਇਹਨਾਂ ਦੇ ਕੋਲ ਮੌਜੂਦ ਤੇ ਨਹੀਂ ਇਸ ਵਾਸਤੇ ਮੈਂ ਉਹਨਾਂ ਨੂੰ ਨਹੀਂ ਜ਼ਰਦਾ ਬੁਲਾਉਂਦਾ ਤੇ ਉਹਨਾਂ ਵੀ ਮੈਨੂੰ ਕਦੀ ਮੂੰਹ ਨਹੀਂ ਸਿਲਾਇਆ ਸਹਾਫੀ ਜਿਹੜੇ ਸੀ ਉਹ ਚੌਂਕੇ ਔਰ ਗਾਮੇ ਕਬਾੜੀਏ ਨੇ ਗੁਲਾਮ ਹੁਸੈਨ ਨੇ ਫਿਰ ਪੁੱਛਿਆ ਕਿ ਕੀ ਮਤਲਬ ਜ਼ਰਦਾ ਆਪਣਾ ਅਲਵੀ ਸਾਹਿਬ ਕੀ ਮਤਲਬ ਗੰਦੀ ਵੀਡੀਓ ਕੀ ਤੁਹਾਡੇ ਕਹਿਣ ਦਾ ਮਕਸਦ ਕੀ ਉਹ ਤੁਹਾਨੂੰ ਪਤਾ ਗਾਮਾ ਕਬਾੜੀਆ ਬੜੀ ਬੜਾ ਉਹ ਅਜੀਬ ਕਿਸਮ ਦਾ ਅਨਪੜ ਜਾਹਲ ਕੈਰੇਕਟਰ ਹੈ ਤੇ ਉਹ ਉਹ ਜਦੋਂ ਬੋਲਦਾ ਲੱਗਦਾ ਇੰਜ ਜੀ ਇੱਕ ਬਸ ਪ੍ਰੋਗਰਾਮ ਉਹਦਾ ਵੜਿਆ ਉਹਨੇ ਪੁੱਛਿਆ ਜੀ ਕੀ ਮਤਲਬ ਗੰਦੀਆਂ ਵੀਡੀਓ ਕਿਸ ਕਿਸਮ ਦੀਆਂ ਗੰਦੀਆਂ ਗੰਦੀਆਂ ਵੀਡੀਓ ਕੌਣ ਉੱਤੇ ਸੀ ਕੌਣ ਥੱਲੇ ਸੀ ਉਹਨੇ ਸਵਾਲ ਕੀਤਾ ਆਰਫ ਹਲਵੀ ਨੇ ਕਿਹਾ ਕਿ ਬਾਜਵੇ ਦੇ ਕੋਲ ਅਸਦ ਉਮਰ ਸ਼ਾਹ महमूद ਕੁਰੀਸ਼ੀ ਇਮਰਾਨ ਖਾਨ ਔਰ ਜਨਰਲ ਫੈਜ਼ ਦੀਆਂ ਨੰਗੀਆਂ ਵੀਡੀਓ ਮੌਜੂਦ ਸੀ ਇਹ ਆਰਫ ਹਲਵੀ ਸਹਾਫੀਆਂ ਦੇ ਵਿੱਚ ਬੈ ਕੇ ਉਹਨਾਂ ਦੇ ਨਾਲ ਗੱਪਸ਼ਾਪ ਲਾਉਂਦੇ ਹੋਏ ਕਹਿੰਦਾ ਕਿ ਇਹ ਆ ਬਾਜਵੇ ਦੇ ਕੋਲ ਅਸਦ ਉਮਰ ਸ਼ਾਹ महमूद ਕੁਰੀਸ਼ੀ ਇਮਰਾਨ ਖਾਨ ਔਰ ਜਨਰਲ ਫੈਜ਼ ਦੀਆਂ ਨੰਗੀਆਂ ਵੀਡੀਓ ਮੌਜੂਦ ਸੀ ਔਰ ਉਹਨੇ ਮੈਨੂੰ ਕੁਝ ਮਾਮਲੇ ਵਖਾਏ ਵੀ ਸੀ ਤੇ ਮੈਂ ਹੈਰਾਨ ਰਹਿ ਗਿਆ ਸੀ ਔਰ ਮੈਂ ਵੀ ਉਸ ਤੋਂ ਬਾਅਦ ਰਾਬਤਾ ਕਰਨਾ ਛੱਡ ਦਿੱਤਾ ਕਿਉਂਕਿ ਮੈਨੂੰ ਡਰ ਸੀ ਕਿ ਕਿਦਰੇ ਮੇਰੀ ਗੰਦੀ ਵੀਡੀਓ ਵੀ ਬਾਜਵੇ ਦੇ ਕੋਲ ਨਹੀਂ ਇਹਦੇ ਚੋਣੇ ਵੇਖੇ ਠੀਕ ਹੈ ਇਹ ਇਸ ਗੱਲ ਦਾ ਤੇ ਸਾਨੂੰ ਵੀ ਪਤਾ ਹੈ ਕਿ ਅਸਦ ਉਮਰਦਿਆ ਵੀ ਹੈਣ 6 ਜਾਂ 7 ਵੀਡੀਓ ਨੇ ਮੈਂ ਫਰੈਂਟਿਕ ਵੀ ਹੋ ਚੁਕੇ ਸ਼ਮੂਦ ਗਰੇਸ਼ੀ ਦੀਆਂ ਵੀ ਦਰਜਨ ਦੇ ਕਰੀਬ ਨੇ ਆਪਣੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਮਰੀਦਨੀਆਂ ਨੇ ਉਹਨਾਂ ਦੇ ਨਾਲ ਫਰੈਂਜ਼ਿਕ ਵੀ ਹੋ ਚੁੱਕੇ ਨੇ ਚਲੋ ਆਵਾਮ ਤੱਕ ਇਹ ਗੱਲਾਂ ਨਹੀਂ ਪਹੁੰਚਦੀਆਂ ਲੇਕਰ ਸਾਡੇ ਤੱਕ ਤੇ ਇਸ ਚੀਜ਼ਾਂ ਵੇਖੂਖੀ ਲੇਦੀਆਂ ਨੇ ਵਹਾਈ ਦਿੰਦੇ ਨੇ ਕੋਈ ਸਾਡੇ ਯਾਰ ਸੱਜਣ ਉਸ ਤੋਂ ਬਾਅਦ ਇਮਰਾਨ ਖਾਨ ਦੀਆਂ 17 ਤੋਂ 21 ਦੇ ਦਰਮਿਆਨ ਗੰਦੀਆਂ ਵੀਡੀਓ ਨੇ ਤਿੰਨ ਚਾਰ ਮੁੰਡਿਆਂ ਦੇ ਨਾਲ ਨੇ ਬਾਕੀ ਕੁਝ ਜਾਨਵਰਾਂ ਨਾਲ ਨੇ ਔਰ ਕੁਝ ਹਾਵਤীন ਦੇ ਨਾਲ ਨੇ ਇਹ ਇਹ ਸਾਰੀ ਦੁਨੀਆ ਨੂੰ ਪਤਾ ਤੇ ਅਲਵੀ ਨੂੰ ਪਤਾ ਲੱਗ ਗਿਆ ਤੇ ਇੱਕ ਨਵੀਂ ਗੱਲ ਥੋੜੀ ਹੈ ਤੇ ਉਸ ਤੋਂ ਬਾਅਦ ਜਨਰਲ ਫੈਜ਼ ਦੀ ਨੰਗੀ ਵੀਡੀਓ ਇਹ ਜਨਰਲ ਫੈਜ਼ ਦੀ ਨੰਗੀ ਵੀਡੀਓ ਜਿਹੜੀ ਹੈ ਇਹ ਬੜੀ ਮਸ਼ਹੂਰ ਹੋਈ ਸੀ ਔਰ ਉਸ ਤੋਂ ਬਾਅਦ ਜਨਰਲ ਫੈਜ਼ ਦੇ ਗਿੱਟੇ ਤੇ ਗੋਲੀ ਵੀ ਲੱਗੀ ਸੀ ਇਹ ਹੁਣ ਪਤਾ ਨਹੀਂ ਇਹ ਗੱਲ ਦੱਸਣ ਵਾਲੀ ਇੱਕ ਨਹੀਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਇਹ ਇਹਦੀ ਇੱਕ ਮਸ਼ੂਕ ਸੀ ਮਸ਼ੂਕ ਦਾ ਨਾਮ ਹੀ ਮੈਂ ਦੱਸਣਾ ਕਿਉਂਕਿ ਉਹ ਫਿਰ ਉਹਨਾਂ ਮੈਨੂੰ ਕਹਿਣਾ ਕਿ ਤੂੰ ਇਹ ਕੀ ਕੀਤਾ ਐ ਮਸ਼ੂਕ ਸੀ ਤੇ ਉਹਦੇ ਨਾਲ ਇਹਦਾ ਤਲਕ ਸੀ ਤੇ ਕਰਦਾ ਸੀ ਉਹਦੇ ਨਾਲ ਤੇ ਉਹ ਵੀਡੀਓ ਜਿਹੜੇ ਬਣ ਜਾਂਦੀ ਹੈ ਤੇ ਉਹ ਪਹੁੰਚ ਜਾਂਦੀ ਹੈ ਮੁਬਈਨਾ ਤੌਰ ਤੇ ਬਾਜਵੇ ਕੋਲ ਤੇ ਬਾਜਵਾ ਜਿਹੜਾ ਉਹ ਵਟਸਐਪ ਕਰ ਦਿੰਦਾ ਹੈ ਇਹਦੀ ਕੁੜੀ ਨੂੰ ਫੈਜ਼ ਦੀ ਨੂੰ ਉਹ ਕੁੜੀ ਜਿਹੜੀ ਹੈ ਉਹ ਕੋ ਆਪਣੀ ਮਾਂ ਨੂੰ ਬੁਹਾਂਦੀ ਯਾਨੀ ਫੈਜ਼ ਦੀ ਬੀਬੀ ਨੂੰ ਉਹ ਬੀਬੀ ਜਿਹੜੀ ਹੈ ਉਹ ਵੀ ਕਿਸੇ ਵੱਡੇ ਅਫਸਰ ਦੀ ਧੀ ਆ ਨਹੀਂ ਮੈਂ ਨਾਮ ਵੀ ਨਹੀਂ ਦੱਸਣਾ ਚਾਹੁੰਦਾ ਫੈਜ਼ ਦੀ ਬੀਬੀ ਜਿਹੜੀ ਆ ਉਹ ਉਹ ਬੁਰਾ ਕਮਾਂਡੋ ਐਕਸ਼ਨ ਸੀ ਉਹਨੇ ਫਿਰ ਗੁੱਸੇ ਦੇ ਵਿੱਚ ਆ ਕੇ ਇਹਦੀ ਲੱਤ ਦੇ ਵਿੱਚ ਫੇਰ ਮਾਰਿਆ ਪਰ ਫੇਰ ਜਿਹੜਾ ਉਹ ਪੈਰ ਦੇ ਕੋਲ ਕਿਦਰੇ ਨਾ ਟੱਚ ਹੋਇਆ ਤੇ ਮਤਲਬ ਕੁ ਹਫਤਾਕ 10 ਦਿਨ ਪੱਟੀ ਪੁੱਟੀ ਤੇ ਲੰਗੜਾਈਆਂ ਲੰਗੜੋਈਆਂ ਜਿਹੜੀਆਂ ਨੇ ਉੱਚਲਦੀਆਂ ਰਹੀਆਂ ਤੇ ਉਸ ਤੋਂ ਬਾਅਦ ਉਹ ਫਿਰ ذری گل ٹھیک ہی ਹੋਣਾ ਸੀ ਤੇ ਉਹ ਫੈਜ਼ ਦੀ ਜਿਹੜੀ ਨੰਗੀ ਵੀਡੀਓ ਹੈ ਉਹ ਇਹ ਮਾਮਲਾ ਹੈ ਤੇ ਬਾਕੀ ਅਸਦ ਉਮਰ ਦੀਆਂ ਵੀ ਹੈਂਡ ਅੱਪ ਦੀ ਕੁਦਰਜ ਦਰਜਨ ਦੇ ਕਰੀਬ ਸ਼ਾਹਮੂਦ ਕੁਰੇਸ਼ੀ ਦੀਆਂ ਤੇ ਮੋਰੇ ਦੀਆਂ ਤੇ ਫਿਰ ਉੰਜ ਹੀ ਮਤਲਬ ਪਰੋਲੇ ਹੀ ਖੁੱਲੇ ਰਹੇ ਤੇ ਇਹ ਇਹ ਆਰਐਫ ਹਲਵੀ ਜਿਹੜਾ ਇਹਨੇ ਇਹ ਨੰਗੀਆਂ ਵੀਡੀਓਜ਼ ਦਾ ਜ਼ਿਕਰ ਕੀਤਾ ਉਸ ਪਾਸੇ ਦੇ ਸਹਾਫੀਆਂ ਦੇ ਨਾਲ ਇਹ ਹੁਣ ਪਤਾ ਨਹੀਂ ਇਹ ਜਿਨ੍ਹਾਂ ਦੀਆਂ ਵੀਡੀਓ ਦੇ ਬਾਰੇ ਉਹਨੇ ਇਹ ਬਰੀਫ ਕੀਤਾ ਉਹਨਾਂ ਦੀ ਇਹ ਤਾਰੀਫ ਕਰ ਗਿਆ ਹੈ ਜਾਂ ਉਹਨਾਂ ਨੂੰ ਬਜ਼ੀਤ ਫਸਾ ਗਿਆ ਹੈ ਜਾਂ ਗੰਦਾ ਕਰ ਗਿਆ ਇਹ ਫੈਸਲਾ ਹੁਣ ਤੁਸੀਂ ਆਪ ਹੀ ਕਰ ਲੈਣਾ ਤੇ ਇਹ ਹਨ ਉਹ ਨੰਗੀਆਂ ਗੰਦੀਆਂ ਵੀਡੀਓ ਜਿਹਦਾ ਅਰਫ ਅਲਵੀ ਨੇ ਲਾਹੌਰ ਦੇ ਵਿੱਚ ਦਰਜਨ ਦੇ ਕਰੀਬ ਸਹਾਫੀਆਂ ਦੇ ਨਾਲ ਨਾਸ਼ਤੇ ਤੇ ਜ਼ਿਕਰ ਕੀਤਾ ਹੱਸਦਿਆਂ ਖੇਡਦਿਆਂ ਔਰ ਜਿਵੇਂ ਬੰਦਾ ਪੁਰਾਣੀਆਂ ਗੱਲਾਂ ਖੋਲਦਾ ਤੇ ਇਹ ਇਸ ਤਰ੍ਹਾਂ ਮੀਟਕ ਦੇ ਵਿੱਚ ਹੀ ਕਰ ਕਰਕੇ ਠੀਕ ਹੋ ਗਿਆ ਅੱਛਾ ਜੀ ਅੱਗੇ ਉਹ ਗੰਡਾਪੁਰ ਦੇ ਵਾਰੰਟ ਗ੍ਰਿਫਤਾਰੀ ਇਹ ਅਲੀ ਬਿਨ ਗੰਡਾਪੁਰ ਜਿਹੜਾ ਇਸਲਾਮਾਬਾਦ ਦੀ ਇਨਸਾਦ ਦੇ ਦਸਤਗਰਦੀ ਦੀ ਅਦਾਲਤ ਨੇ ਗੰਡਾਪੁਰ ਔਰ ਸਾਥੀਆਂ ਦੇ ਨਾਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਜਿਹੜੇ ਨੇ ਉਹ ਕੱਢ ਦਿੱਤੇ ਨੇ ਇਹ 9 ਮਈ ਦੇ ਮੁਕਦਮਾਤ ਦੇ ਵਿੱਚ ਇਹ ਲੋਕ ਮਤਲੂਬ ਸੀ ਔਰ ਇਹ ਅਦਾਲਤ ਤੋਂ ਗੈਰ ਹਾਜ਼ਰ ਰਹੇ ਪਿਛਲੇ ਇੱਕ ਦੋ ਪੇਸ਼ੀਆਂ ਤੇ ਔਰ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਡਿੱਗ ਗਈਆਂ ਗੰਡਾਪੁਰ ਦੇ ਨਾਲ ਵਸ ਕਯੂਮ ਇਹ ਰਾਵਲਪਿੰਡੀ ਦਾ ਯੂਥੀਆ ਰਾਜਾ ਰਾਸ਼ਦ ਹਫੀਜ਼ ਇਹ ਵੀ ਰਾਵਲਪਿੰਡੀ ਦਾ ਆਮਰ ਕਿਆਨੀ ਇਹ ਵੀ ਰਾਵਲਪਿੰਡੀ ਦਾ ਤੇ ਇਹ ਇਹਨਾਂ ਚਮਾਂ ਦੇ ਨਕਾਬਲੇ ਜ਼ਮਾਨਤ ਵਾਰੰਟ ਜਿਹੜੇ ਨੇ ਇਨਸਦਾਦ ਦੇ ਦਸ਼ਤ ਗਰਦੀ ਦੀ ਅਦਾਲਤ ਜਿਹੜੀ ਇਸਲਾਮਾਬਾਦ ਦੇ ਇਲਾਕੇ ਆਈ 9 ਦੇ ਵਿੱਚ ਮੌਜੂਦ ਹੈ ਉਹਨੇ ਕੱਢ ਦਿੱਤੇ ਨੇ ਔਰ 9 ਮਈ ਦੇ ਹਵਾਲੇ ਦੇ ਨਾਲ ਇਹਨਾਂ ਦੇ ਉੱਤੇ 9 ਮਈ ਵਾਲੇ ਦਿਨ ਦਸ਼ਤ ਗਰਦੀ ਦੇ ਆਈ 9 ਥਾਣੇ ਦੇ ਵਿੱਚ ਮੁਕਦਮਾ ਦਰਜ ਨੇ ਤੇ ਅਲੀ ਅਮੀਨ ਔਰ ਇਹਦੇ ਇਹ ਜਿਹੜੇ ਤਿੰਨ ਬਾਕੀ ਸਾਥੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਨੇ ਪੇਸ਼ ਕਰਨ ਦਾ ਹੁਕਮ लागू ਕਰ ਦਿੱਤਾ ਇਹ ਹੁਣ ਪਤਾ ਨਹੀਂ ਕਿ ਇਹ ਬੈਡ ਮੰਡੇ ਚੜਦੀ ਹੈ ਜਾਂ ਨਹੀਂ ਚੜਦੀ ਕਿਉਂਕਿ ਉਹ ਵਜ਼ੀਰਿਆਲਾ ਔਰ ਕਿਸ ਤਰ੍ਹਾਂ ਉਹਨੇ ਗ੍ਰਿਫਤਾਰ ਹੋਣਾ ਹੈ ਕਿੰਨੇ ਕਰਨਾ ਹੈ ਕਿਦਾਂ ਹੁਕਮ ਜਾਣਾ ਹੈ ਕੀ ਸਾਖਤਾ ਹੈ ਇਹ ਇਹ ਅਦਾਲਤ ਨੂੰ ਸਜ਼ਾ ਸੁਨਾਣੀ ਪਏਗੀ ਅਗਰ ਉਹਨੂੰ ਗ੍ਰਿਫਤਾਰ ਕਰਨਾ ਹੈ ਤੇ ਸਜ਼ਾ ਸੁਨਾਣੀ ਪਏਗੀ ਸਰਕਾਰ ਇਹ ਇਸ ਤਰ੍ਹਾਂ ਗ੍ਰਿਫਤਾਰੀ ਉਹਦੀ ਨਹੀਂ ਹੋਣੀ ਮੰਡੀ ਮਵੇਸ਼ੀਆਂ ਜਾਂ ਹੀਰਾ ਮੰਡੀ ਇਹਨਾਂ ਲੋਹਰ ਦੀ ਮੰਡੀ ਮਵੇਸ਼ੀਆਂ ਦੇ ਵਿੱਚ ਮੋਰਾ ਪ੍ਰੋਗਰਾਮ ਨੇ ਜਲਸਾ ਰੱਖਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਬਿਲਕੁਲ ਨਾਕਾਮ ਹੋ ਚੁੱਕਿਆ ਔਰ ਦੋ ਦਿਨ ਪਹਿਲੇ ਤੱਕ ਇਹੀ ਆਵਾਜ਼ਾਂ ਆ ਰਹੀਆਂ ਸੀ ਕਿ ਉੱਥੇ ਬਹੁਤ ਵੱਡੀ ਹੀਰਾ ਮੰਡੀ ਜਿਹੜੀ ਉਹ ਖੁੱਲਣੀ ਹੈ ਔਰ ਖਾਨ ਸਾਹਿਬ ਨੇ ਵੀ ਜੇਲ੍ਹ ਦੇ ਵਿੱਚੋਂ ਇਹ ਪੇਗਾਮ ਦਿੱਤਾ ਸੀ ਕਿ ਜਿੰਨੇ ਵੀ ਉਹਦੇ ਟਾਈਗਰ ਨੇ ਯੂਥੀਏ ਨੇ ਉਹ ਆਪ ਵੀ ਜਾਣ ਤੇ ਲੜਕੀਆਂ ਵੀ ਕਰੋ ਜਿਹੜਾ ਉਹ ਲੈ ਕੇ ਜਾਣ ਤੇ ਨਾਲ ਇੱਕ ਇੱਕ ਪੈਕੇਟ ਉਹ ਖੁਬਾਰਿਆਂ ਦਾ ਆਹੋ ਉਹ ਜਿਹੜੇ ਇਸਤੇਮਾਲ ਕਰਦੇ ਨੇ ਰਾਤ ਨੂੰ ਇਹ ਗੁਬਾਰਿਆਂ ਦਾ ਪੈਕੇਟ ਨਾਲ ਪਾਣੀ ਦੀ ਬੋਤਲ ਇਹ ਤੁਸੀਂ ਬੈਗੇਜ ਪਾ ਕੇ ਲੈ ਕੇ ਜਾਣੀ ਹੈ ਤੇ ਲੱਗ ਇੰਜ ਹੀ ਰਿਹਾ ਸੀ ਕਿ ਬਹੁਤ ਜ਼ਿਆਦਾ ਉੱਥੇ ਠੋਕਾ ਠਕਾਈ ਹੋਣੀ ਹੈ ਮੰਡੀ ਮਵੇਸ਼ੀਆਂ ਚ ਔਰ ਹੀਰਾ ਮੰਡੀ ਦਾ ਸਮਾਨ ਜਿਹੜਾ ਉਹ ਪੈਦਾ ਹੋਣਾ ਹੈ ਲੇਕਿਨ ਅਸੀਂ 2-4 ਵੀਡੀਓ ਕੀਤੀਆਂ ਕੱਲ ਔਰ ਆਵਾਮ ਨੇ ਖਾਸ ਤੌਰ ਤੇ ਯੂਥ ਨਾ ਨੇ ਸਾਡੀ ਵੀਡੀਓ ਜਿਹੜੀ ਉਹ ਸੁਣੀ ਔਰ ਉਹਨਾਂ ਦੇ ਅਕਲ ਕੁ ਠਕਾਣੇ ਲੱਗੇ ਤੇ ਕੋਈ ਵੀ ਮਾਈ ਜਿਹੜੀ ਆ ਉਹ ਉੱਥੇ ਨਹੀਂ ਪਹੁੰਚ ਸਕੀ ਸਿਰਫ 1500-2000 ਅਫਗਾਨੀ ਜਿਹੜਾ ਉਹ ਉਸ ਜਲਸੇ ਦੇ ਵਿੱਚ ਪਹੁੰਚਿਆ ਮੰਡੀ ਮਵੇਸ਼ੀਆਂ ਚ ਹਾਲਾਂਕਿ ਇਹ ਅਫਗਾਨੀਆਂ ਦਾ ਰੇਟ 15000 ਸੀ ਔਰ ਪਸ਼ਾਵਰ ਵਾਲੇ ਪਠਾਣਾਂ ਦਾ ਰੇਟ 10000 ਸੀ ਇਹ ਦੋ ਦੋ ਤਰ੍ਹਾਂ ਘੰਟੇ ਉੱਥੇ ਸ਼ਮੂਲੀਅਤ ਦਾ ਲੇਕਿਨ ਫਿਰ ਵੀ 1500 2000 ਤੋਂ ਜ਼ਿਆਦਾ ਅਫਗਾਨੀ ਜਿਹੜੇ ਨੇ ਉਹ ਜਮਾ ਨਹੀਂ ਹੋ ਸਕੇ ਤੇ ਹੀਰਾ ਮੰਡੀ ਵਾਲਾ ਸਮਾਨ ਜਿਹੜਾ ਉਹ ਪੈਦਾ ਨਹੀਂ ਹੋ ਸਕਿਆ ਇਹ ਮੈਂ ਇਹ ਹੈਰਾਨਗੀ ਵਾਲੀ ਗੱਲ ਹੈ ਕਿ ਮੇਰੀ ਗੱਲ ਤੇ ਉਹਨਾਂ ਨੇ ਅਮਲ ਕਿਸ ਤਰ੍ਹਾਂ ਕਰ ਲਿਆ ਔਰ ਉਹ ਨਹੀਂ ਕੁੜੀਆਂ ਨਹੀਂ ਗਈਆਂ ਔਰ ਹੀਰਾ ਮੰਡੀ ਦਾ ਸਮਾਨ ਉੱਥੇ ਹਾਲਾਂਕਿ ਖੁਰਲੀਆਂ ਵੀ ਬਣੀਆਂ ਨੇ ਸਵਾਬ ਪੂਰਾ ਬਜਣਾ ਸੀ ਪੂਰੀ ਠੋਕਾ ਠਕਾਈ ਮਾਹੌਲ ਮਤਲਬ ਕਿ ਖਾਨ ਸਾਹਿਬ ਨੇ ਜੋ ਕਹਿ ਦਿੱਤਾ ਬਈ ਤੁਸੀਂ ਗੁਬਾਰੇ ਵੀ ਲੈ ਕੇ ਜਾਣੇ ਨੇ ਤੇ ਨਾਲ ਕਰੋ ਕੁੜੀਆਂ ਵੀ ਲੈ ਕੇ ਜਾਣੀਆਂ ਨੇ ਤੇ ਨਾਲ ਪਾਣੀ ਦੀਆਂ ਬੋਤਲਾਂ ਵੀ ਅਗਰ ਤੁਸੀਂ ਇਹ ਨਾ ਕੀਤਾ ਤੇ ਤੁਸੀਂ ਉਹਦੇ ਟਾਈਗਰ ਨਹੀਂ ਤੇ ਉਹਨਾਂ ਵਾਕਈ ਕਿ ਨਹੀਂ ਕੀਤਾ ਉਹਨਾਂ ਕਹਿਆ ਜੀ ਟਾਈਗਰ ਸਾਹਿਬ ਨੇ ਸਾਡੇ ਕੋਲੋਂ ਹਰ ਰੋਜ਼ ਜਿਹੜੀ ਹੈ ਇਹ ਇੱਜ਼ਤ ਆਪਣੀਆਂ ਜਿਹੜੀ ਹੈ ਇਹਨਾਂ ਦੀ ਠੋਕਾ ਠਕਾਈ ਅਫਗਾਨੀਆਂ ਕੋਲੋਂ ਔਰ ਪਠਾਣਾ ਕੋਲੋਂ ਨਹੀਂ ਕਰਾਈ ਦੀ ਤੇ ਉਹ ਫਿਰ ਉਹਨਾਂ ਨੇ ਪਹਿਲੀ ਦਫਾ ਇਹ ਖਾਨ ਸਾਹਿਬ ਦਾ ਹੁਕਮ ਜਿਹੜਾ ਉਹ ਨਹੀਂ ਮੰਨਿਆ ਤੇ ਜਲਸਾ ਜਿਹੜਾ ਉਹ ਵੜ ਗਿਆ 1500 1600 ਅਫਗਾਨੀਆਂ ਤੋਂ ਇਲਾਵਾ ਕੋਈ ਚੀਜ਼ ਨਹੀਂ ਉੱਥੇ ਤੇ ਮਵੇਸ਼ੀ ਮੰਡੀ ਜਿਹੜੀ ਹੈ ਉਹ ਮੈਂ ਟਾਰਾ ਮਾਰ ਮਾਰ ਕੇ ਪੁਕਾਰਦੀ ਪਈ ਕਿ ਆਓ ਆਓ ਇੱਥੇ ਆ ਕੇ ਮੰਡੀ ਜਿਹੜੀ ਹੈ ਉਹ ਲਾਓ ਲੇਕਿਨ ਬੱਕਰੇ ਜਿਹੜੇ ਨੇ ਪਸ਼ਾਵਰ ਤੋਂ ਨਹੀਂ ਪਹੁੰਚ ਸਕੇ ਅੱਛਾ ਜੀ ਲਾਹੌਰ ਦੇ ਵਿੱਚੋਂ ਅਫਗਾਨੀ ਯੂਥੀਏ ਗ੍ਰਿਫਤਾਰ ਕੱਲ ਰਾਤ ਲਾਹੌਰ ਦੇ ਇੱਕ ਦੋ ਇਲਾਕਿਆਂ ਦੇ ਵਿੱਚ ਕੁਝ ਅਫਗਾਨੀ ਯੂਥੀਏ ਸੀ ਜਿਹੜੇ ਪਸ਼ਾਵਰ ਤੋਂ ਪਹਿਲੇ ਹੀ ਦਿਹਾੜੀ ਆ ਚੁੱਕੇ ਸੀ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਤੇ ਪਥਰਾਉ ਕਰਨ ਦੀ ਕੋਸ਼ਿਸ਼ ਕੀਤੀ ਐ ਔਰ ਉਸ ਤੋਂ ਬਾਅਦ ਪੁਲਿਸ ਜਿਹੜੀ ਇਹ ਹਰਕਤ ਚਾਈ ਕਾਨੂੰਨ ਲਾਫਜ਼ ਕਰਨ ਵਾਲੇ ਅਦਾਰੇ ਹਰਕਤ ਚਾਈ ਔਰ ਤਕਰੀਬਨ 2 ਦਰਜਨ ਦੇ ਕਰੀਬ ਅਫਗਾਨੀ ਯੂਥੀਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਨਾਮਾਲੂਮ ਮਕਾਮ ਦੇ ਉੱਤੇ ਉਹਨਾਂ ਨੂੰ منتقل ਕਰ ਦਿੱਤਾ ਗਿਆ ਔਰ ਇਹਨਾਂ ਦੇ ਬਾਰੇ ਇਹੀ ਦੱਸਿਆ ਗਿਆ ਕਿ ਇਹ 9 ਮਈ ਦੇ ਵਿੱਚ ਵੀ ਇਹ ਅਫਗਾਨੀ ਯੂਥੀਏ ਜਿਹੜੇ ਨੇ ਇਹ ਮਲਬਸੀ ਔਰ ਇਹ 22 ਦੇ ਬਾਈ ਉਹ ਲੋਕ ਨੇ ਜਿਨ੍ਹਾਂ ਨੂੰ ਆਰਡਰ ਮਿਲ ਚੁਕੇ ਨੇ ਕਿ ਉਹਨਾਂ ਨੇ ਅਫਗਾਨਿਸਤਾਨ ਚਲੇ ਜਾਣਾ ਹੈ ਪਾਕਿਸਤਾਨ ਛੱਡਣ ਦੇ ਉਹਨਾਂ ਕੋਲ ਆਰਡਰ ਮੌਜੂਦ ਨੇ ਤੇ ਇਹ ਇਹਨਾਂ ਦੇ ਜਲਸਿਆਂ ਦੇ ਵਿੱਚ ਆ ਕੇ ਤੇ ਪਾਕਿਸਤਾਨ ਦੀਆਂ ਜਿਹੜੀਆਂ ਫੋਰਸਸ ਨੇ ਫੌਜ ਇਹ ਪੁਲਿਸ ਇਹ ਰੈਂਜਰ ਇਹ ਉਹਨਾਂ ਦੇ ਉੱਤੇ ਇਹ ਪਥਰਾਓ ਕਰਦੇ ਨੇ ਪੈਸੇ ਲੈ ਕੇ 15-15 ਹਜ਼ਾਰ ਦਿਹਾੜੀ ਤੇ 22 ਤੋਂ 24 ਦੇ ਕਰੀਬ ਇਹ ਅਫਗਾਨੀ ਯੂਥੀ ਰਾਤ ਗਏ ਗ੍ਰਿਫਤਾਰ ਕਰ ਲਏ ਗਏ ਤੇ ਜਲਸਾ ਇਸ ਵਕਤ ਖਤਮ ਹੋ ਚੁੱਕਿਆ ਹੁਣ ਇਸ ਵਕਤ ਉੱਥੇ ਟਾਈਮ 7:30 ਦਾ ਹੋ ਚੁੱਕਿਆ ਮੇਰੇ ਕੋਲ ਜਲਦੀ ਦਾ ਵਕਤ ਜਿਹੜਾ ਉਹ 6 ਤੱਕ ਸੀ ਹੋ ਸਕਦਾ ਠੋਕਾ ਠਕਾਏ ਜਾਰੀ ਹੋਵੇ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮਜ਼ੀਦ ਤਫਸੀਲ ਦਿੰਨੇ ਆ ਬਹੁਤ ਸ਼ੁਕਰੀਆ